ऑटो तो तोड़ने लगे हैं भाई जी, हमने सैक्रामेंटो तो हम सीधा जाना है टैक्सस। टैक्सस ਸਾਡੇ ਨਾਲ ਸਾਡੇ ਕੋ ਡਰਾਈਵਰ ਨੇ, ਕੋ ਡਰਾਈਵਰ ਸਾਹ ਸਾਡੇ ਨੀ ਬੀਬੀ ਚੱਲੀਏ ਫਿਰ ਮੁੜ ਜਾ ਵੀ ਮੁੜ ਜਾ ਕਾਕਾ ਆਪਣੇ ਘਰਾਂ ਨੂੰ ਹੋਰ ਲੈ ਕੇ ਰੱਬ ਦਾ ਨਾਂ ਲੋਕ ਨੀ ਘਰ ਤੈਨੂੰ ਪਤਾ ਯਾਰ ਘਰ ਵਾਧੂ ਘਰ ਘਰ ਬਹੁਤ ਨੇ ਘਰ ਬਹੁਤ ਹੋ ਗਏ हर भेड़ा खराब हो गया हड़ा। चल कोई नी जो गुरु महाराज नू अम्मा जी हूं साथ जिहा छड गया कहना मैं नहीं हैगा मैं नहीं हैगा। ਹਮ
ਪ੍ਰੋਬਲਮ ਆ ਜੀ ਹੁੰਦੀ ਆ ਐ ਕਹਿ ਦਿੰਦੇ ਆ ਨਾ ਕਈ ਵੀ ਕਹਿਣ ਭੁੱਖੀ ਦੇ ਆਦੀ ਆਦੀ ਭੈਣੇ ਸਾਰੇ ਨੀ ਹੁੰਦੇ ਯਾਰ ਟਰਾਲਿਆਂ ਵਾਲੇ ਨੀ ਏਡੇ ਮਾੜੇ ਨੀ पायलट। हाँ डैम
ਕੈਨੇਡੀਅਨ ਜਿੱਦਾਂ ਦਾ ਅਸਲੀ ਅਮਰੀਕਾ ਸੀ
ਉਹ ਸਾਡੇ ਘਰ ਦੀਆਂ ਹਾਂ ਕੰਧਾਂ ਕੱਚੀਆਂ ਹਾਂ ਲੱਗਦਾ ਤੂੰ ਕੱਚ ਲਵਾਏਗਾ ਵੇ ਸਾਡੇ ਘਰ ਦੀਆਂ ਇਹਦਾ ਲੋਕੀ ਇੱਥੇ ਵੀ ਰਹੀ ਜਾਂਦੇ ਆ ਉਹੀ ਕੰਮ ਆਪਣੇ ਪਿੰਡ ਵਾਲੇ ਗੱਲ ਆ ਭਾਜੀ ਇਹ ਵੀ ਆ ਉੱਥੇ ਰਹਿਣਾ ਪੈਂਦਾ ਏ ਜਿੱਥੇ ਰੱਖੇ ਬਖਸ਼ਣ ਹਾਰਾ ਕੁੜੀਆਂ ਤੇ ਚਿੜੀਆਂ ਦਾ ਕੀ ਚੱਲਦਾ ਜ਼ੋਰ ਕਮਲ ਆਇਆ ਇੱਥੇ ਵੀ ਲੋੜ ਲਾਇਆ ਹੋਇਆ ਆਪਣਾ ਪਹਿਲੀਆਂ ਚਾਹੀਦੀ ਇੱਧਰ ਦੇ ਪਾਸੇ ਆ ਵਾਲਗ੍ਰੀਨ ਵਾਲੇ ਨੇ ਡਿਸਟ੍ਰੀਬਿਊਸ਼ਨ ਸੈਂਟਰ ਸਵੇਰੇ ਕਿੱਥੇ ਹੋਣਗੇ ਰਾਤ
ਰਾਤ ਕਿੱਥੇ ਪੈਣੀ ਤੇ ਸਵੇਰੇ ਕਿੱਥੇ ਹੋਣੀ। ਤੇ ਕਿੰਨਾ ਜਾਮ ਲੱਗਿਆ ਘੱਟੋ ਘੱਟ 5-6 ਮੀਲਾਂ ਦਾ ਸਿਰਫ ਕੰਸਟਰਕਸ਼ਨ ਕਰਕੇ। ਦੇਖ ਰਹੇ ਅੰਮਾ ਜੀ
ਐਸਐਫ ਵਾਲਿਆਂ ਦੀਆਂ ਟ੍ਰੇਨਾਂ ਵਾ ਜੀ। ਹਾਂ ਪਹਿਲਾਂ ਮੈਂ ਲੱਗਿਆ ਕੋਲਾ ਤੇਲ, ਹਾਂ ਸਾਰਾ ਕੁਛ ਹੀ ਲੱਗਿਆ ਸੀ। ਮੈਂ ਲਾਇਸੈਂਸ ਲੈਣੇ ਦਾ ਵੀ ਮੰਗਾ ਛੱਡ ਪਰੇ, ਸਾਰਾ ਕੁਛ ਹੀ ਅੰਮਾ ਜੀ, ਸਾਰਾ ਕੁਛ। ਹਾਂ ਫੈਕਟਰੀ ਤੋਂ ਤੁਰੀ ਹੋਊ ਲੋਡ ਹੋ ਗਏ ਇਹ ਤੋਂ, ਤਾਂ ਹੀ ਹੌਲੀ ਹੌਲੀ ਗਾਂਹ ਨੂੰ ਕਰਦੇ ਆ ਨਾ ਡੱਬੇ ਜੀ। ਦੋ ਇੰਜਣ ਪਾਏ ਕਹਾਂ ਜਾ ਕੇ, ਰਾਟ ਨਿਕਲਦੇ ਇਹਨਾਂ ਦੇ, ਰਾਟ ਇੰਨੀ ਪਹਾੜੀ ਪੈਂਦੀ ਆ। ਅੱਜ ਤਾਂ ਦੋ ਹੀ ਸੀਗੇ, ਦੋ ਗਾਂਹ ਤੋਂ ਠੋਕ ਲੈਣਗੇ ਆਦੇ, ਇੱਥੋਂ ਲੋਡ ਕਰਦੇ ਆ ਉਹਦੇ। ਖੜ ਗਈ ਗਾਂਹ ਨੂੰ ਕਰਕੇ, ਜਿਵੇਂ ਪਹਾੜੀ ਜੀ ਨਾ ਲਾਲ ਲਾਲ ਜੀ ਐਨ ਹਵਾ ਦੇ ਨਾਲ, ਉਹ ਖੁਰਦਰੀ ਜੀ ਓਕਣ ਉਹ ਬਣਿਆ ਹੋਇਆ ਗ੍ਰੈਂਡ ਕੈਨੀਅਨ ਆ ਗਈ ਸਕੇਲ ਬੁਰੇ। ਆਪਾਂ ਨੂੰ ਤਾਂ ਬੰਦ ਆ ਇੱਧਰ ਜਾਂਦਿਆਂ ਨੂੰ, ਆਪਾਂ ਬਾਹਰ ਨਿਕਲ ਰਹੇ ਹਾਂ, ਪਰ ਉੱਧਰੋਂ ਜਿਹੜੇ ਆ ਰਹੇ ਆ ਉਹ ਦੇ ਖੱਬੇ ਹੱਥ। ਹਾਂ ਇੱਥੇ ਫਿਰ ਕਹਿੰਦੇ ਆ ਲੌਗ ਬੁੱਕ ਲਿਆ ਦਿਓ, ਪੇਪਰ ਪੱਤਾ ਸਾਰਾ ਕੁਛ। ਉੱਧਰਲੀ ਵੀ ਬੰਦ ਹੀ ਲੱਗਦੀ ਆ ਮੈਨੂੰ, ਬੰਦ ਹੀ ਕੀਤੀ ਹੋਈ ਆ। ਬੰਦ ਤਾਂ ਕਰ ਦਿੰਦੇ ਆ ਕਿਉਂਕਿ ਇਹਨਾਂ ਨੂੰ ਵੀ ਪਤਾ ਸਰਕਾਰਾਂ ਹੀ ਬਕਾਉਂਦੀਆਂ ਨੇ ਚਟਾ, ਤਾਂ ਹੀ ਤਾਂ ਸ਼ਰਿਆਮ ਵਿਕਦਾ। ਹੁਣ ਨਿਊ ਮੈਕਸੀਕੋ ਆ ਜਾਣਾ 10 ਕਮੀਲਾਂ ਦੇ,
ਆ ਸਾਰੇ ਜਿਹੜੇ ਘਰ ਨੇ ਆ ਉਹਦੇ ਉੱਧਰ ਜਿਹਦੇ ਖੱਬਿਆਂ ਤੇ ਸਭ ਰੈਡ ਇੰਡੀਅਨਾਂ ਦੇ ਨੇ ਜਿਨ੍ਹਾਂ ਦਾ ਅਸਲੀ ਅਮਰੀਕਾ ਸੀਗਾ ਇਹ ਆ ਦੇ ਲਿਖਿਆ ਹੋਇਆ ਇੰਡੀਅਨ ਸਾਰੇ ਬੋਰਡ ਬਾਰਡ ਉਹਨਾਂ ਦੇ ਨੇ ਵਿਚਾਰਿਆਂ ਨੇ ਰੀਜਨਲ ਅਮਰੀਕਾ ਜਾਣੀ ਇਹਨਾਂ ਦਾ ਹੁੰਦਾ ਸੀਗਾ ਹੁਣ ਤਾਂ ਇਹਨਾਂ ਦੀਆਂ ਪੋਸਟਾਂ ਪਾਸਟਾਂ ਇਹਨਾਂ ਨੇ ਖਤਮ ਕਰਤੀਆਂ ਇਹਨਾਂ ਨੇ ਬਾਕੀ ਜਿਹੜੇ ਮਾੜੇ ਮੋਟੇ ਰਹਿ ਕੇ ਕਰੀ ਜਾਂਦੇ ਆ ਆ ਜਿਹੜੇ ਗੋਲ ਗੋਲ ਜਿਹੇ ਉੱਥੇ ਆਏ ਸੀਗੇ ਟੈਂਟ ਜੇ ਉਹੋ ਜਿਹੇ 'ਚ ਬਣਾ ਕੇ ਰਹਿੰਦੇ ਹੁੰਦੇ ਸੀ ਇਹ ਬਸ ਸਭ ਤੋਂ ਪਹਿਲਾਂ ਅਮਰੀਕਾ ਜਾਣੀ ਇਹਨਾਂ ਦਾ ਸੀਗਾ ਮੁੜ ਕੇ ਹੌਲੀ ਹੌਲੀ ਹੁਣ ਆਪਾਂ ਪੰਜਾਬੀਆਂ ਨੇ ਦੱਬ ਲੈਣਾ ਜਿਵੇਂ ਕੈਨੇਡਾ ਦੱਬ ਲਿਆ ਇਹ ਸਾਨੂੰ ਤਾਂ ਪਹਿਲੇ ਪਤਾ ਹੀ ਨਹੀਂ ਸੀ ਪਰ ਹੁਣ ਵਧੀਆ ਇਹ ਵੀ ਇੰਡੀਅਨ ਨੇ ਆਪਾਂ ਵੀ ਇੰਡੀਅਨ ਆ ਤੇ ਇੱਧਰ ਇਹਨਾਂ ਨੂੰ ਕੀ ਰਿਜ਼ਰਵੇਸ਼ਨ ਆਈ ਦੁਕਾਨਾਂ ਹੀ ਆ ਖੁਦ ਹੀ ਬੈਠੇ ਆ ਵਿਚਾਰੇ ਹੋ ਜਾਂਦਾ ਹੁਣ ਕਿੰਨਾ ਕੁ ਬੰਦਾ ਕਰੀ ਜਾਵੇ ਸਮਝਦੀ ਗੱਲ ਉਹ ਜਾਂਦੀ ਇੱਕ ਟ੍ਰੇਨ ਦੇਖ ਡਬਲ ਡਬਲ ਕੰਟੇਨਰ ਰੱਖੇ ਉਹ ਸਾਰਾ ਸਾਡਾ ਲੋਡ ਲੈ ਕੇ ਜਾ ਰਿਹਾ ਹੁਣ ਇਹਨਾਂ ਨਾਲ ਲੱਗਦੀ ਆ ਆਪਣੀ ਪਹਾੜੀਆਂ ਟੱਪਣੀਆਂ ਕੰਮ ਤਾਂ ਇੱਦਾਂ ਚਾਰ ਚਾਰ ਇੰਜਣ ਹੋ ਜਾਂਦੇ ਹਨ ਦੱਸ ਟਰੱਕਾਂ ਨੂੰ ਲੋਡ ਨਹੀਂ ਲੱਭਣੇ ਨਹੀਂ ਭਣੇ ਤੁਹਾਨੂੰ ਇੰਜਣ ਬਥੇਰੇ ਹਵਾ ਨਾਲ ਹੀ ਬਣੇ ਹੋਏ ਆਉਣੀ ਹੈ ਕੱਚੇ ਹਵਾ ਨਾਲ ਹੀ ਘਾਸ ਘਾਸ ਕੇ ਜਾਏ ਪਹਾੜੀ ਬਣੀ ਹੋਈ ਹੈ ਆ ਦੇ ਆਹ ਪਿੰਡ ਜਿਹਾ ਰੈਡ ਇੰਡੀਅਨ ਦਾ ਹੀ ਆਹ ਜਿਹੜਾ ਸੱਜੇ ਹੱਥ ਦੀ ਨਾ ਚਾਰ ਪੰਜ ਘਰ ਜੇ ਸਾਰੇ ਗੋਲ ਗਾਲ ਜਿਹੇ ਹੋਏ ਹੋਏ ਨੇ ਇਹ ਬਣੇ ਹੋਏ ਨੇ ਇਹ ਹਵਾ ਦੇ ਨਾਲ ਆ ਹਵਾ ਦੇ ਵਿੱਚ ਫਿਰ ਜਦੋਂ ਹਵਾ ਆਉਂਦੀ ਆ ਰੇਤਾ ਹੁੰਦਾ ਉਹਦੇ ਵਿੱਚ ਖਬਰਾਂ ਕਿੰਨੇ ਸਾਲ ਲੱਗੇ ਹੋਣਗੇ ਐਂ ਗੋਲ ਜੇ ਹੋਣ ਨੂੰ ਸਾਲੇ ਕਿਊਟ ਜੇ ਲੱਗਦੇ ਆ ਹਨਾ ਪੱਕੇ ਆ ਪੂਰਾ ਪੱਥਰ ਆ ਮਾ ਜੀ ਪੂਰਾ ਇਹਦਾ ਜਾਣੀ ਗਾਹ ਡੈਮ ਕੰਮ ਕੀਤਾ ਹੋਇਆ ਪੂਰਾ ਇਹਨਾਂ ਨੇ ਨਹੀਂ ਮਿੱਟੀ ਨਹੀਂ ਹੁਣ ਦੇਖਣ ਨੂੰ ਲੱਗਦਾ ਮਿੱਟੀ ਆ ਬਾਹਰੋਂ ਪੱਥਰ ਆ ਆਪਣੇ ਜਿਹੋ ਜਿਹੀ ਕੋਠਿਆਂ ਤੇ ਲਿਪਦੇ ਹੁੰਦੇ ਸੀ ਲਾਲ ਮਿੱਟੀ ਉਹੀ ਚੀਜ਼ ਆ ਆਹ ਵੀ ਦੁਕਾਨ ਆ ਬਹੁਤ ਵੱਡੀ ਰੈਡ ਇੰਡੀਅਨ ਦੀ ਇੱਥੇ ਵੀ ਬਹੁਤ ਟਰੱਕ ਟਰੁੱਕ ਕਈ ਵਾਰ ਖੜ੍ਹਦੇ ਹੁੰਦੇ ਆ ਪਾਰਕਿੰਗ ਪੂਰਕਿੰਗ ਉਹਦੇ ਉੱਤੇ ਬਣਾਏ ਹੋਏ ਆ ਯੈਲੋ ਸਟੋਨ ਕਹਿ ਦਿੰਦੇ ਇਹਨਾਂ ਨੂੰ ਆਹ ਦੇ ਖੜੇ ਆਪਣੇ ਵੀਰ ਟਰੱਕਾਂ ਵਾਲੇ ਸਟੇਟ ਲਾਈਨ ਆ ਗਈ ਬਾਰਡਰ ਆ ਤੇ ਲੋਕੀ ਫੋਟੋਆਂ ਕਰਾਉਂਦੇ ਨਿਊ ਮੈਕਸੀਕੋ ਦੇ ਨਾਲ ਸਾਈਨ ਦੇ ਨਾਲ ਹਾਂ ਇੱਥੇ ਲਿਖਿਆ ਵੀ ਵੈਲਕਮ ਟੂ ਨਿਊ ਮੈਕਸੀਕੋ ਐਂ ਕਿਹੜਾ ਭੁੰਨ ਕੇ ਬੀਜੇ ਕਿਵੇਂ ਪਹਾੜੀ ਦਾ ਸ਼ੇਪ ਬਣੀ ਹੋਈ ਵੈਲਕਮ ਟੂ ਨਿਊ ਮੈਕਸੀਕੋ ਇਹ ਰੋਡ ਇਹਨਾਂ ਦਾ ਸਭ ਤੋਂ ਪੁਰਾਣਾ ਰੋਡ ਆ ਇਹ ਅਮਰੀਕਾ ਦਾ ਜਦੋਂ ਵਿੱਚ ਦੀ ਜਾਣ ਰੂਟ ਇਹਨੂੰ ਕਹਿੰਦੇ ਰੂਟ 66
ਛਿਆਟ ਇਹਨੂੰ ਕਹਿੰਦੇ ਹੁੰਦੇ ਆ, ਜਿਹੜਾ ਲੜਾਈਆਂ ਲੜੂਈਆਂ ਜਾਂ ਘੋੜੇ ਘੂੜੇ ਜਿਵੇਂ ਕੱਚਾ ਰਾਹ ਹੁੰਦਾ ਸੀ ਉਦੋਂ ਜਾਂਦੇ ਹੁੰਦੇ ਸੀ ਪਹਿਲਾਂ ਪੁਰਾਣਿਆਂ 'ਚ, ਉਦੋਂ ਇਹੀ ਹੁੰਦਾ ਸੀਗਾ ਰੋਡ। ਜਾਣੀ ਆਹ ਸਾਈਡ 'ਤੇ ਬਣਾਇਆ ਅਤੇ ਨਾਲ ਨਾਲ ਪਰਲੇ ਪਾਸੇ ਦੀ ਵੀ ਕਈ ਹੈਗੀ ਆ, ਕਈ ਵਾਰ ਵਿੱਚ ਦੀ ਆ ਜਾਂਦੀ ਹੈ। ਜਾਣੀ ਇੱਥੇ ਜੰਗਾਂ ਜੁੰਗਾਂ ਜਿਹੜੀਆਂ ਲੜਾਈਆਂ ਹੋਈਆਂ ਹੋਈਆਂ ਇਹਨਾਂ ਦੀਆਂ ਪਹਿਲਾਂ ਉਹ ਬਹੁਤ ਹੋਈਆਂ ਹੋਈਆਂ। ਹਿਸਟਰੀ ਆ ਇਹਨਾਂ ਦੀ ਅਮਰੀਕਾ ਦੀ ਇਹ, ਤਾਂ ਕਰਕੇ ਇਹਨੂੰ ਸਭ ਤੋਂ ਪੁਰਾਣਾ ਰੂਟ ਕਹਿੰਦੇ ਨੇ, ਰੂਟ 66 ਰੂਟ 66 ਇਹਨੂੰ ਪੰਜਾਬੀ ਦੇ ਵਿੱਚ ਆਪਾਂ 66 ਕਹਿ ਦਿੰਦੇ ਹਾਂ, ਅੰਮਾ ਜੀ 66 ਕਹਿ ਦਿੰਦੇ ਹਾਂ। ਉਸ ਤੋਂ ਬਾਅਦ 'ਚ ਫਿਰ ਬਣ ਗਈ ਸੀ ਇਹ 40-40 ਜਿਵੇਂ ਆਪਣੀ ਉੱਧਰ ਸੈਨ ਅੰਤੋਨੀਓ ਵਿਚਰੀ ਜਾਂਦੀ I-10 ਕੈਲੀਫੋਰਨੀਆ 'ਚ 5 ਆ, 20 ਟੈਕਸਸ 'ਚ ਆ, 30 ਵੀ ਆ ਨਹੀਂ ਜਿਹੜਾ ਸਾਈਡ 'ਤੇ ਦੀ ਆ ਕੱਚਾ ਰੋਡ ਜਿਹਾ ਜਾਂਦਾ ਇਹ ਐਂ ਜਾਂਦਾ ਨਾਲ ਨਾਲ। ਹਿਸਟਰੀ ਆਮਾ ਜੀ ਅਮਰੀਕਾ ਦੀ ਇਹ। ਟੈਕਸਸ ਦੇ ਵਿੱਚ ਖੇਤੀਬਾੜੀ ਬਥੇਰੀ ਆ, ਵਾਧੂ ਜਾਈ ਭਰਿਆ ਪਿਆ, ਚੱਕਰੀ ਨਹੀਂ, ਸਿੰਗਲ ਰੋਡ ਆ ਅਤੇ ਇੱਥੇ ਵੀ 75 ਦੀ ਸਪੀਡ ਆ, ਜਾਣੀ ਕੋਈ ਟੈਂਸ਼ਨ ਹੀ ਨਹੀਂ ਕਹਿੰਦੇ, ਕਿਉਂਕਿ ਫਾਰਮ ਟੂ ਮਾਰਕੀਟ ਵਾਲੇ ਰੋਡ ਨੇ ਇਹ। ਅਮਰੀਕਾ ਦੇ ਜੱਟ ਨੇ ਇੱਧਰ ਕਈ ਆਉਣਗੇ ਘਰ ਜੇ ਵਿੱਚ ਵਿੱਚ ਵੀਹਦੇ ਨੇ, ਅੱਜ ਮੱਕੀ ਬੀਜੀ ਫਿਰਦੇ ਆ। ਸੋ ਟੈਕਸ ਦੇ ਮੈਪ 'ਚ ਤੁਹਾਨੂੰ ਦਿਖਾ ਦਿੰਦੇ ਹਾਂ, ਜੇ ਦੇਖਿਆ ਇੱਥੇ ਫਿਰਦੇ ਆ। ਦੇਖੋ ਪੂਰਾ ਗਾਹ ਪੈ ਰਿਹਾ, ਆ ਝੋਨੇ ਦਾ ਜੀਰੀ ਦਾ ਜ਼ੋਰ ਹੈ ਐਤਕੀ, ਹਜੇ ਬੱਚੇ ਗੱਲ ਸੁਰੀ ਲਾ ਦੇ। ਉੱਥੇ ਨਿਊ ਮੈਕਸੀਕੋ ਆ, ਉੱਥੇ ਹੈਗਾ ਡੈਲਸ, ਇੱਥੇ ਬਲੂ ਜਿਹਾ ਡਾਟ ਆ, ਇੱਥੇ ਫਿਰਦੇ ਹਾਂ ਆਪਾਂ। ਪਤਾ ਲੱਗਦਾ ਇੱਥੇ ਪਤਾ ਲੱਗਦਾ ਵੀ ਕਿੱਥੇ ਫਿਰਦੇ ਹੈ।
ਸਾਰੀਆਂ ਅਮਰੀਕਾ ਦੇ ਜਿਹੜੀ ਟੈਕਸਸ ਦੇ ਜੱਟਾਂ ਦੀਆਂ ਖੇਤੀਆਂ ਬਾੜੀਆਂ ਨੇ ਮੇਰੇ ਵੀਰੇ, ਉਹ 60 ਦੀ ਸਪੀਡ ਹੋ ਗਈ। ਪਿੰਡ ਆ ਗਿਆ ਮੂਹਰੇ, ਪਿੰਡ ਜਿਹੜਾ ਤੁਹਾਨੂੰ ਕਹਿੰਦਾ ਸੀ ਨਾ ਗਾਓਂ ਆ ਗਿਆ, ਇਹ ਪਿੰਡ ਵੀ ਦਿਖਾਉਂਦੇ ਆ ਤੁਹਾਨੂੰ ਕਿਵੇਂ ਆ ਜੱਟਾਂ ਦਾ ਪਿੰਡ। ਇੱਥੇ ਪਹਿਲਾ ਘਰ ਗੁਰਬਚਨ ਕਾ, ਗੁਰਦੁਆਰਾ ਆ ਗਿਆ ਇਹਨਾਂ ਦਾ, ਚਰਚ ਸੋ ਇਹ ਪਿੰਡ ਹੈਗਾ ਵਾ ਪਿੰਡ ਦਾ ਨਾਮ ਵੀ ਭੜੂਕਾ, ਔਰ ਉੱਥੇ ਵੀ ਰਿਹਾ ਹੈ ਝੂਠ ਨਹੀਂ ਬੋਲਦਾ PADUCH ਭੜੂਕਾ। ਇਹਦਾ ਫਿਰ ਪੂਰੇ ਭੁੱਕੇ ਭੜਾਕੇ ਛੱਡਦੇ ਹੋਣਗੇ। ਇਹ ਜਿਵੇਂ ਪਿੰਡ ਵਿੱਚ ਵਿੱਚ ਆ ਜਾਂਦੇ ਆ ਅਮਰੀਕਾ ਦੇ ਪਿੰਡ ਆ ਮੇਰੇ ਵੀਰੇ, ਉਹ ਟੈਕਸਸ ਦੇ, ਟੈਕਸਸ ਸਟੇਟ ਦੇ, ਯਾਨੀ ਮੋਸਟਲੀ ਕਾਫੀ ਸਟੇਟਾਂ ਦੇ ਵਿੱਚ ਐਂ ਹੈਗੇ ਨੇ। ਪਿੰਡ ਦਾ ਨਾਂ ਪਤਾ ਕੀ ਐਵੇਂ ਭੜੂਕਾ, ਕੋਲੋਂ ਨੀ ਬਣਾਇਆ ਮੈਂ, ਪਟਾਕੇ ਨੀ ਬਣਦੇ ਇੱਥੇ, 12 ਮਹੀਨੇ 30 ਦਿਨ ਸਾਗ ਚੱਲਦਾ। ਰੈਸਟੋਰੈਂਟ ਆ ਜੀ ਇਹਨਾਂ ਦਾ, ਬਾਰ ਬੀ ਕਿਊ ਹੜਿਆ ਯੌਂਡਰੀ ਗਾਰਡਨ, ਬਸ ਇੰਨਾ ਕੁ ਪਿੰਡ ਆ। ਹੋਰ ਲਾ ਯਾਰ ਪੁਲਿਸ ਵਾਲਾ ਹੁੰਦਾ ਆਲਾ ਦੁਆਲਾ ਦੇਖ ਕੇ, ਆਹ ਡਾਊਨ ਟਾਊਨ ਇਹਨਾਂ ਦਾ, ਨਾਈ ਨੂੰ ਗੈਲਣ ਦਾ ਹੀ ਹੋਈ ਆ ਬਈ ਤੇ ਹੋ ਗਈ। ਚੱਕੋ ਆਖਰੀ ਘਰ ਸੀਗਾ ਜਿਹੜਾ ਬਖਸ਼ੀਸ਼ ਕਾ, ਲਾਤਾ ਟਾਪ, ਲੱਗ ਗਿਆ ਟਾਪ ਮੇਰੇ ਵੀਰੇ। ਸੋ ਇਹ ਹੈਗਾ ਅਮਰੀਕਾ ਦਾ ਪਿੰਡ ਆਫ ਡੇਅਰ ਸਾਹਿਬ, ਹੌਲੀ ਕਰਕੇ ਦਿਖਾਉਣੀ ਪੈਣੀ ਹੈ ਵੀਡੀਓ ਤੁਹਾਨੂੰ, ਅਮਰੀਕਾ ਦਾ ਪਿੰਡ ਟੈਕਸਸ ਸਟੇਟ ਦੇ ਵਿੱਚ। ਸੋ ਇੱਥੇ ਵੀ ਜੱਟ ਹੈਗੇ ਨੇ, ਕਹ ਡੈਮ ਕੰਮ ਆ ਬਾਈ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਖੇਤੀਬਾੜੀ ਸਾਰੀ। ਆ ਡੰਗਰ ਵੀ ਰੱਖੇ ਹੋਏ ਇਹਨਾਂ ਦੇ ਨਾਜਰ ਕੇ, ਆਪਣੇ ਤੋਂ ਬਾਰ ਬਾਰ ਛੱਪੜਾ ਉਹ ਮੈਂ ਸੁਣਾਉਂਦੀ ਇੱਕ, ਅਤੇ ਆ ਸਾਡੇ ਘੋੜੇ ਹੈ, ਕੋਈ ਡਰ ਪਾਓ ਇਹਨਾਂ ਨੂੰ, ਇੱਧਰ ਵੀ ਡੰਗਰ ਰੱਖੇ ਹੋਏ ਆ, ਇਹ ਮੁੱਕ ਜਾਣੇ ਆ ਕਿ ਜ਼ਮੀਨ 'ਚ ਹੈ। ਫੇਰ ਲਾਤਾ ਭੌਰ ਬਾਹਰ ਲਿਖਿਆ ਹੋਇਆ ਵੀ 75 ਦੀ ਸਪੀਡ ਹੈ ਸਿਰਾ, ਕੋਈ ਚੱਕਰੇ ਨਹੀਂ। ਹੁਣ ਫੇਰ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਮੋਟਰਾਂ ਦੇ ਉੱਤੇ ਬਾਰ ਬਾਰ ਖੱਤਿਆਂ 'ਚ ਘਰ ਹੁੰਦਾ, ਉਹ ਆਹੋ ਯਾਰ ਬੈਲਟ ਟੱਕਦਾ ਸੀ, ਬੈਲਟ ਨੂੰ ਪੈਰ ਇੱਕਾਂ ਦੇ, ਬੈਲਟ ਸਹੀ ਹੈ ਮੇਰੇ ਗੋਡਿਆਂ ਗਾਡਿਆਂ, ਕੋਈ ਕੋਈ ਚੱਕਰ ਨਹੀਂ ਹੈਗਾ। ਸੋ ਇਹ ਆਪਣੇ ਪੰਜਾਬ ਵਾਲੇ ਕੰਮ ਆ, ਜਿਹੜੀ ਕਹਿਣ ਦਾ ਮਤਲਬ ਮੁੱਕ ਦੀ ਗੱਲ ਉੱਥੇ ਹੀ ਆ ਗਈ, ਪੰਜਾਬ ਵਾਲੇ ਕੰਮ।
800 ਏਕੜ ਦੇ ਵਿਚਾਲੇ ਇਧਰਾਂ ਬਾਜਰਾ ਲੱਗਿਆ ਹੋਇਆ ਕਾਫੀ ਫਾਰਮਿੰਗ ਹੈ ਇਹੋ ਜਿਹੀ ਕੋਈ ਗੱਲ ਨਹੀਂ ਕ੍ਰੋਵਲ ਪਿੰਡ ਹੈ ਜੀ ਕਰੋਵਲ ਪਿੰਡ ਰੁਕ ਗਏ ਵੀ ਚਲੋ ਤਾਂ ਬ੍ਰੇਕ ਜੀ ਪੈ ਜੂਗੀ ਨਾਲੇ ਚਾਹ ਪੀ ਲੈਂਦੇ ਹਾਂ ਥੋੜ੍ਹੀ ਜੀ ਟਾਇਰ ਪੱਟੀ ਟੱਪਾ ਚੈੱਕ ਹੋ ਜਾਂਦਾ ਹੁੰਦਾ ਹੋਰ ਤਾਂ ਕੁਛ ਨਹੀਂ ਇੱਥੇ ਹੋਰ ਹੈਗਾ ਜੀ ਕੁਛ ਵੀ ਨਹੀਂ ਮੇਰੇ ਵੀਰੇ ਉਹ ਦੇਖਣ ਨੂੰ ਤਾਂ ਸੋਹਣੇ ਲੱਗਦੇ ਨੇ ਆਲਸਾ ਬਾਈ ਬਾਕੀ ਤਾਂ ਸਰ ਆਲ ਗੁੱਡ ਲੱਗਦਾ ਸ਼ਾਂਤੀ ਪਈ ਆ ਪਿੰਡਾਂ ਦੇ ਵਿੱਚ ਸ਼ਾਂਤੀ ਹੁੰਦੀ ਹੈ ਬਾਬੇ ਪਿੰਡਾਂ ਵਾਲਾ ਮਾਹੌਲ ਪਿੰਡਾਂ ਵਾਲਾ ਹੀ ਹੈ ਜੋ ਮਰਜ਼ੀ ਆ ਬਾਲ ਮਾਟ ਵਾਲਿਆਂ ਨੇ ਸੀਲ ਲਾ ਤੀ ਕਿਉਂਕਿ ਆਪਣੀਆਂ ਦੋ ਡਰੋਪਾਂ ਨੇ ਸੋ ਇੰਨਾ ਕੁ ਸਮਾਨ ਰਹਿ ਗਿਆ ਜਿਹੜਾ ਡਿਲੀਵਰ ਕਰਨਾ ਆਹ ਮੋਮਬੱਤੀਆਂ ਵਾਲੀਆਂ ਮੈਨੂੰ ਲੱਗਦਾ ਚੱਕਣੀਆਂ ਪੈਣੀਆਂ ਸੋ ਆਪਾਂ ਗੋਡਿਆਂ ਤੇਰੀ ਸੋਹਣੀ ਗਵਾਹੀ ਬੁੱਧਵਾਰ ਨੂੰ ਨੀ ਪਿੱਠ ਨਾ ਲਵਾ ਦੀ ਜੱਟ ਦੀ ਥੈਂਕ ਯੂ ਵੈਰੀ ਮੱਚ ਇੱਥੇ ਫਿਰਦੇ ਆ ਮੇਰੇ ਵੀਰੇ ਟੈਕਸਿਸ ਡੋਂਟ ਮੈਸ ਵਿਦ ਟੈਕਸਿਸ ਚੱਲੇ ਜਾ ਤਾਂ ਕਿਸ਼ਤੀਆਂ ਲੈ ਕੇ ਚੱਲੇ ਇਹ ਅਮਾ ਜੀ ਗੋਡੇ ਆ ਸਾਰਾ ਕੁਛ ਬਹੁਤ ਸੋਹਣਾ ਮੌਸਮ ਵਧੀਆ ਮੀਂਹ ਪੈਂਦਾ ਜੀ ਟਾਈਮ ਨਾ ਨਿਕਲ ਚੱਲੀਏ ਫਿਰ ਆਪਾਂ ਨਾ ਰੋਟੀ ਵੀ ਚੱਬਣ ਲੱਗੇ ਨੇ ਚੱਕਦੇ ਆਹੋ ਚਾਹ ਨਾਲ ਅੰਨਾ ਕੀ ਭਾਲੇ ਦੋ ਅੱਖਾਂ ਚੰਗਾ ਬਾਈ ਮਿਲਦੇ ਆ ਫਿਰ ਗਾਂ ਤੁਹਾਨੂੰ ਅਸੀਂ ਚਾਹ ਬਣਾ ਕੇ ਤੁਰ ਪਈ ਮਮਾ ਜੀ ਬਿਜ਼ਨਸ ਕਲਾਸ ਦੇ ਵਿੱਚ ਬੈਠ ਕੇ ਨਾਲ ਦੋ ਭਿੰਡੀਆਂ ਦੇ ਨਾਲ ਚਾਹ ਦਾ ਕੱਪ ਦੋ ਰੋਟੀਆਂ ਭਰਿੰਡੀਆਂ ਨਾਲ ਅੰਮਾ ਜੀ ਤੁਸੀਂ ਤਾਂ ਕਮਾਲ ਹੀ ਕਰੀ ਜਾਣ ਡਏ ਐਂ ਕਿਹੜਾ ਭੁੰਨ ਕੇ ਬੀਜਿਆ ਵੀ ਜਿਹੜਾ ਹੋਣਾ ਨਹੀਂ ਦੱਸ ਕਿੱਦਾਂ ਸਮਝੇਂਗੀ ਤੂੰ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ ਧੱਕੇ ਨਾਲ ਚਲੋ ਹਾਂ ਕਹਿ ਦਿੰਦੀ ਕਿਤੇ ਦੇਖ 250 ਬਿੱਘੇ ਦੇ ਵਿੱਚ ਪਾਈ ਅਗਲੇ ਨੇ ਕੋਠੀ ਵਾਓ ਮਿਹਨਤਾਂ ਬੋਲਦੀਆਂ ਆ ਅੰਮਾ ਜੀ ਮਿਹਨਤਾਂ ਇਹਨਾਂ ਦੀਆਂ ਦੇਖ ਟਰਾਂਸਫਾਰਮਰ ਵੀ ਲੱਗਿਆ ਸੀਗਾ ਜਿਵੇਂ ਤੁਹਾਡੇ ਪਿੰਡ ਤਾਂ ਅੰਮਾ ਜੀ ਚੋਰੀ ਚੋਰੀ ਹੋ ਗਿਆ ਹੋਣਾ ਹੁਣ ਤਾਂ ਮੈਂ ਲਾਇਆ ਹਿਸਾਬ ਵੀ ਤੁਹਾਡੇ ਪਿੰਡ ਚੋਰੀ ਬਹੁਤ ਆਉਂਦੀ ਨਾ ਨਾਨਕੀ ਕਿ ਨਹੀਂ
ਲੰਘਣਾ ਤਾਂ ਹੈ ਨਹੀਂ ਚਲੋ ਕੋਈ ਰਾਤ ਨੂੰ ਆਪਾਂ ਵੱਧ ਤੋਂ ਵੱਧ 7 ਵਜੇ ਘਰੇ ਪਹੁੰਚ ਜਾਣਾ ਵੱਧ ਤੋਂ ਵੱਧ ਕਹਿ ਰਿਹਾ ਜੇ ਫਲਾਈਟ ਮੈਂ ਇਹ ਹਿਸਾਬ ਨਾਲ ਹੀ ਰੱਖੀ ਫਿਰ ਤਾਂ ਸਮਝ ਲਾ ਆਪਾਂ ਪਹੁੰਚ ਗਏ ਅੰਮਾ ਜੀ ਪਹੁੰਚ ਗਏ ਰੱਖਣੀ ਸੀ ਉਹ ਸਾਜੇ ਦੂਜਾ ਉਹ ਪਿੰਡ ਆਉਣਾ ਸੀ ਪਿੰਡ ਦਾ ਨਾਂ ਲਿਖਿਆ ਹੋਇਆ ਉਹਦੇ ਟੈਂਕੀ ਦੇ ਹਾਂ ਥਾਲੀਆ ਥਾਲੀਆ ਯਾਰ ਟੀ ਐਚ ਏ ਐਲ ਆਈ ਏ ਹਾਂ ਥਾਲੀਆ ਹੀ ਹੈ ਥਾਲੀਆ ਟੈਕਸਸ ਬੇਬੀ ਗੱਡ ਨਹੀਂ ਹੋ ਨਵੀਂ ਦੇ ਹੋਏ ਇੰਜ ਨੀ ਕਰੀ ਦੇ
ਮਿੰਟ ਤੱਕ ਕਲੀਅਰ ਹੋ ਜਾਣਾ 10 ਵਜੇ ਪਹੁੰਚਦੇ ਘਰੇ ਮਾਜੀ ਕੀ ਖਾਣਾ ਆ ਜਾ ਸਾਬੋ ਵੇ ਖਾ ਲੈ ਗਾਡ ਡੈਮ ਸਾਬੇ ਖਾ ਲੈ ਨਾ ਮੈਂ ਖਵਾ ਕੇ ਛੱਡਾਂਗੇ ਆ ਕਿਹੜਾ ਭੁੰਨ ਕੇ ਬੀਜੇ ਮੌਸਮ ਕਿਊਟ ਹੋਇਆ ਹੋਇਆ ਆਪਣੇ ਟੈਕਸਸ ਦੇ ਵਿੱਚ ਅੰਮਾ ਜੀ ਤੁਸੀਂ ਦੇਖ ਰਹੇ ਹੋ ਗਾਡ ਡੈਮ ਕੰਮ ਹੋ ਰਿਹਾ ਅੱਗੇ ਸਾਬੇ ਕਿਹੜਾ ਖਾਣਾ ਵੀ ਬੈਜੀ ਜਾਂ ਦੂਜਾ ਬੀਫ ਵਾਲਾ ਚੱਲ ਕੋਈ ਨੀ ਸਾਬੇ ਤਾਂ ਸਭ ਵੀ ਅਮਾ ਜੀ ਜਿਹੜਾ ਮਰਜ਼ੀ ਹੋਇਆ ਕਿ ਨਹੀਂ ਉਹ ਤਾਂ ਫਿਰ ਤੈਨੂੰ ਪਤਾ ਹੀ ਕਾਰਨ ਕੀ ਡੇ ਕੀ ਕਾਰਨ ਡੇ ਆ ਯੂਪੀ ਟਰੈਕਿੰਗ ਅੰਮਾ ਜੀ ਆਪ ਲਿਖਿਆ ਤੁਹਾਨੂੰ ਐਂ ਸੀ ਕਿਤੇ ਯੂਪੀ ਲਿਖਿਆ ਨਹੀਂ ਤੂੰ ਵੀ ਠੀਕ ਆਪਦੀ ਜਗ੍ਹਾ ਭਾਈ ਇਹ ਕਹਿੰਦੇ ਯੂਪੀ ਵਾਧੂ ਪਾਰਕਿੰਗ ਪਈ ਹੈ ਜੇ ਕਦੇ ਰੁਕਣਾ ਹੋਵੇ ਨਾ ਇੱਥੇ ਇੱਕ ਪਾਰਕਿੰਗ ਨਹੀਂ ਮਿਲਦੀ ਇਹ ਅੰਮਾ ਜੀ ਬੰਦ ਕੀਤਾ ਹੋਇਆ ਪੰਪ ਇਹ ਇਹ ਧਿਆਨ ਰੱਖਣਾ ਹਮੇਸ਼ਾ ਹਾਂ ਉਹਰੇ ਉਹ ਕਾਲ ਵਾਉਂਦੇ ਆ ਆਪਾਂ ਨੂੰ ਤਾਂ ਚੱਲ ਸਮਝ ਨਹੀਂ ਲੱਗਦੀਆਂ ਪਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਕੁਛ ਕਿਹਾ ਮੇਰੇ ਵੀਰੇ ਫੋੜ ਮੇਰੇ ਤੋਂ ਮਾਈ ਫੁੱਟ ਤੂੰ ਗਹਿ ਗਏ ਆਇਓ ਮਾਈ ਪੱਕੀ ਗੱਲ ਲੜੀ ਨਾ ਫਿਰ ਕਿਸੇ ਨਾਲ ਇੱਥੇ ਕਿਹੜਾ ਬੈਜੀ ਕਿਹੜਾ ਵੀ ਫੁੱਟ ਲਾਉਂਗੇ ਜਾਂ ਛੋਟਾ
ਖਾਈ ਨਹੀਂ ਭੁੱਖ ਲੱਗੀ ਤੈਨੂੰ ਅਸ਼ੀ ਸਪਾਈਸੀ ਆ ਨਹੀਂ ਤੂੰ ਸਪਾਈਸੀ ਇਹਨਾਂ ਨੂੰ ਪੁੱਛਿਆ ਜਿੰਦਾ ਨੇ ਮਗਰ ਮਿਰਚ ਬੀਜੀਆਂ ਪਾਇਲਟ ਵਾਲਿਆਂ ਦੀ ਓਕੇ ਆਇਆ ਲਓ ਜੀ ਯਾਰਡ 'ਚ ਆ ਗਏ ਤੇ ਯਾਰਡ ਦੇ ਵਿੱਚ ਇੰਨਾ ਮੀਂਹ ਪਿਆ ਹੋਇਆ ਤੇ ਟੋਏ ਟੱਬੇ ਸਾਰੇ ਗਾ ਡੈਮ ਕੰਮ ਕੀਤਾ ਪਿਆ ਬਸ ਕੀ ਕਰ ਲੂ ਬੰਦਾ ਓਏ ਹੋਏ ਓਏ ਹੋਏ ਓਏ ਹੋਏ ਦੇਖ ਰਹੇ ਹਾਂ ਮੈਂ ਜੀ ਵਾਹ ਵੈਲਕਮ ਬੈਕ ਅੰਮਾ ਜੀ ਬੱਲੇ 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 ਮੈਨੂੰ ਸਮਝ ਨਹੀਂ ਆਉਂਦੀ ਇਹ ਰੈਂਟ ਲੈਂਦਾ ਕਹਿੰਦਾ ਆਪਾਂ ਤੋਂ ਲੈ ਜੇ ਪਹਿਲਾਂ ਟਾਈਮ ਨਾਲ ਆਏ ਹੁੰਦੇ ਇੱਥੇ ਟੋਇਆਂ 'ਚ ਮੱਛੀਆਂ ਫੜ ਲੈਣਗੀਆਂ ਅਸੀਂ ਲੈ ਪੱਧਰਾ ਕਰਾਇਆ ਸੀ ਅੰਮਾ ਜੀ ਹੁਣ ਮੀਂਹ ਇੰਨੇ ਪਈ ਜਾਂਦੇ ਟੈਕਸ 'ਚ ਆਉਣ ਇਹ ਵੀ ਕੀ ਕਰੇ ਉਹ ਆ ਗਈ ਗੱਡੀ ਉਹ ਲੱਗ ਗਿਆ ਲਾਈਟਾਂ ਮਾਰਨ ਪਹਿਲਾਂ ਹੀ ਨਹੀਂ ਨਹੀਂ ਉਹਦੇ ਤਾਂ ਪਹਿਲਾਂ ਹੀ ਆ ਗਿਆ ਇਹ ਨਹੀਂ ਟਾਈਮ ਲਾਉਂਦਾ ਸਾਡੇ ਬਾਰੇ ਗੱਲਾਂ ਜੋ ਕਰਦੇ ਉਹ ਵਿਹਲੇ ਨੇ ਕਨੇ ਅੰਮਾ ਜੀ ਬਾਂਧ ਗਏ ਉਹ ਦੱਸ ਵੀ ਭਜਾਇਆ ਭਜਾਇਆ ਕਿੰਨਾ ਮੈਂ ਮਤਲਬ ਵੀ ਮੈਂ ਕਹਿੰਦਾ ਮੰਮੀ ਘਰੇ ਪਹੁੰਚਾ ਗਈ ਛੱਡੂ ਤੁਹਾਨੂੰ ਮੈਂ ਸੇਫਟੀ ਮੈਂ ਤੈਨੂੰ ਪਤਾ ਮੈਂ ਐਂ ਚਲਾਉਂਦਾ ਹੁੰਦਾ ਅੰਮਾ ਜੀ ਮੈਂ ਨਹੀਂ ਇਹ ਗੱਲ ਦਾ ਕੋਈ ਰਿਸਕ ਲੈਂਦਾ ਹੈਗਾ ਦਸ ਵੱਜ ਕੇ ਅੱਠ ਮਿੰਟ ਹੋਇਆ ਮੈਂ ਤੁਹਾਨੂੰ ਦਸ ਵੱਜ ਕੇ ਦਸ ਮਿੰਟ ਕਿਹਾ ਸੀ ਇਹ ਫਲਾਈਟ 2201 ਹੈ ਜਿਹੜੀ ਇਹ ਅੰਮਾ ਜੀ ਆਈ ਉੱਡਦੀ ਹੈ ਕੈਨਵਰਥ ਤਾਂ ਫਿਰ ਕੈਨਵਰਥ ਹੀ ਹੈ ਡਿਵਾਈਸਾਂ ਦੇਖ ਲੈਣ ਮੈਨੂੰ ਸਾਰੀਆਂ ਚਾਰਜਾਂ ਜਿਹੜੀਆਂ ਗੁੱਡ ਆ ਗੁੱਡ ਆ ਆਲ ਕਲੀਅਰ ਆ ਸਾਡੇ ਬਾਰੇ ਗੱਲ ਏਅਰਲਾਈਨ ਉਹਨੇ ਏਅਰਲਾਈਨ ਲਵਾਉਣੀ ਆ ਤੈਨੂੰ ਦੱਸਿਆ ਵੀ ਉਹਨੇ ਜਹਾਜ਼ ਕਰਨਾ ਪੈਂਦਾ ਅੰਮਾ ਜੀ ਰੋਕ ਕੇ ਆਏ ਤੁਹਾਨੂੰ ਕਿਉਂ ਦੇਖ ਦੇਖ ਡਾਇਰੈਕਸ਼ਨ ਅੰਮਾ ਜੀ ਉਹ ਲਾਲ ਜੀ ਦੀ ਉਹਦੀ ਬੈਟਰੀ ਮੁੱਕੀ ਹੋਈ ਆ